ਗੱਲ ਦੋਸਤੋ ਕੀ ਹਾਲ ਹੈ ਤੁਹਾਡੇ ਸਾਰਿਆਂ ਦੇ ਅੱਜ ਦੀ ਵੀਡੀਓ ਦੀ ਕਰਦੇ ਹਾਂ ਸ਼ੁਰੂਆਤ ਫਿਰ ਤੇ ਸਵੇਰ ਦੀ ਕਾਫੀ ਗਰਮੀ ਲੱਗੀ ਸੀ ਠੀਕ ਹੈ ਅੱਜ ਫਿਰ ਕਰਤਾ ਹੈ ਮੌਸਮ ਵਧੀਆ ਹੈ ਮੌਸਮ ਅੱਜ ਪਿੰਕੇ ਨੇ ਕਰਤਾ ਵਧੀਆ ਇਹਨੂੰ ਮੈਂ ਆਖਿਆ ਮੈਂ ਭਰਾਵਾ ਗਰਮੀ ਬੜੀ ਪਾਈ ਕਰਦੇ ਸੈੱਟ ਤੇ ਮੌਸਮ ਅੱਜ ਹੋ ਗਿਆ ਅਸਮ ਸ਼ੁਕਰ ਆ ਬੱਦਲ ਚੜ ਕੇ ਆਇਆ ਕਿਤੇ ਬੱਦਲ ਆ ਗਿਆ ਇਧਰੋਂ ਚੜ ਕੇ ਆ ਤੁਸੀਂ ਚੈੱਕ ਕਰ ਸਕਦੇ ਜੇ ਬੱਦਲ ਛੱਤ ਤੇ ਤੇ ਤੁਹਾਨੂੰ ਦਿਖਾਉਂਦੇ ਹਾਂ ਮੌਸਮ ਦਾ ਨਜ਼ਾਰਾ ਚੈੱਕ ਕਰਿਓ ਜ਼ਰਾ ਦੇਖੋ ਬੱਦਲ ਕਾਲੇ ਸ਼ਾਹ ਬਸ ਉੱਡ ਨਾ ਜਾਣ ਹੁਣ ਤੁਸੀਂ ਦੇਖੋ ਜ਼ਰਾ ਕੁ ਮੌਸਮ ਕਾਫੀ ਟਾਈਮ ਬਾਅਦ ਅੱਜ ਮੌਸਮ ਦੇ ਵਿੱਚ ਸੁਧਾਰ ਆਇਆ ਗਰਮੀ ਨਿਕਲ ਗਈ ਇੱਧਰ ਆਪਣੇ ਕਿਸਾਨ ਯੂਨੀਅਨ ਦਾ ਝੰਡਾ ਵਾੜ ਚੁੱਕੇ ਆ ਗਰਮੀ ਦੇ ਕਰਕੇ ਹੀ ਕੱਪੜਾ ਗਲ ਗਿਆ ਸੀ ਚੈੱਕ ਕਰੋ ਜ਼ਰਾ ਕੁ ਮੌਸਮ ਇੱਧਰ ਆਪਣੀ ਚੱਲਣ ਡੀ ਆ ਮੋਟਰ ਇੱਧਰ ਆਪਣੀ ਹੈਗੀ ਆ ਜਵਾਰ ਗਿਆ ਮੀਂਹ ਵੀ ਪੈਣ ਲੱਗ ਪਿਆ ਛੁੱਟਾਂ ਅਤੇ ਹੁਣ ਤਾਂ ਭਿੱਜਣ ਨੂੰ ਜੀ ਕਰਦਾ ਭਿੱਜ ਗਿਆ ਫਿਰ ਆਪਾਂ ਤਾਂ ਡਏ ਹੁਣ ਚਾਹ ਪੀਣ ਮੀਂਹ ਵਰਦ ਦੇ ਵਿੱਚ ਹੀ ਉੱਤੋਂ ਠੰਡਾ ਠੰਡਾ ਪਾਣੀ ਇਹਦਾ ਲੈ ਗਰਮ ਗਰਮ ਚਾਹ ਲਓ ਜੀ ਅੱਜ ਬਣਾਤਾ ਰੱਬ ਨੇ ਪਕੌੜਿਆਂ ਵਾਲਾ ਮੌਸਮ ਹੋ ਗਿਆ ਮੀਂਹ ਤੇਜ਼ ਚੱਲ ਪੀ ਆ ਜਾ ਹੁਣ 2 ਘੰਟੇ ਨਾ ਰੁਕੀ ਹੁਣ ਫਿਰ ਠੰਡ ਠੰਡੌਲਾ ਹੋਣਾ ਜੀ ਇੱਕ ਵਾਰੀ ਫਿਰ ਮੀਂਹ ਹਟ ਗਿਆ ਅਤੇ ਆਪਣੇ ਅਨਾਹਤ ਗੁਰਜੱਪ ਬਹਿ ਪਿਆ ਬਾਹਰ ਖੇਡਣ ਖੇਡੋ ਚਲੋ ਜੀ ਹਾਂਜੀ ਗੋਲ ਗੱਪੇ ਤੂੰ ਵੀ ਕਰਨਾ ਤੂੰ ਵੀ ਖੇਡਣਾ ਬੱਦਲ ਗੱਜਣ ਡਿਆ ਪੂਰਾ ਅਤੇ ਵੇਖੋ ਕੀ ਕਰਦਾ ਹੁਣ ਆਉਂਦਾ ਕਿ ਨਹੀਂ ਆਉਂਦਾ ਜਲ ਥਲ ਕਰਤੀ ਇੱਕ ਵਾਰੀ ਮੌਸਮ ਵਧੀਆ ਹੋ ਗਿਆ ਹਾਂਜੀ ਕੀ ਗੱਲ ਆ ਲੱਗੇ ਆ ਖਾਣ ਜਾਮਨ ਨੂੰ ਕਾਫੀ ਕਾਲੇ ਹੋ ਗਏ ਆ ਇਹਨਾਂ ਦਾ ਘੱਟ ਹੀ ਫਰਕ ਪੈ ਜਾਂਦਾ ਮੀਂਹ ਪੈ ਜਾਂਦੇ ਅਤੇ ਜਾਮਨ ਦੇ ਥੱਲੇ ਲਾਉਂਦੇ ਹਾਂ ਟਰੈਕਟਰ ਫਿਰ ਆਪਾਂ ਸਾਹਮਣੇ ਜਾਮਨ ਇਹਦੇ ਥੱਲੇ ਲਾਉਂਦੇ ਹਾਂ ਟਰੈਕਟਰ ਆਹ ਸਾਹਮਣੇ ਚੈੱਕ ਕਰੋ ਪਹੁੰਚ ਗਏ ਜਾਮਨ ਦੇ ਬਿਲਕੁਲ ਕਰੀਬ ਜਾਮਨੂਆਂ ਦੇ ਖਾਂਦੇ ਹਾਂ ਹੁਣ ਬਹੁਤ ਸਵਾਦ ਵੱਜੀ ਪਏ ਬਹੁਤ ਹੀ ਮੋਟੇ ਨਜ਼ਾਰਾ ਵੱਜਾ ਪਿਆ ਇਸ ਟਾਈਮ ਟਹਿਣੇ ਤੇ ਨਹੀਂ ਚੜ੍ਹੇ ਲਾਇਆ ਵਾ ਟਰੈਕਟਰ ਥੱਲੇ ਆਹ ਦੇਖ ਸਕਦੇ ਤੁਸੀਂ ਅਤੇ ਜਾਮਨੂ ਮੀਂਹ ਦੇ ਕਰਕੇ ਹੁਣ ਕਾਫੀ ਮੋਟੇ ਹੋ ਗਏ ਆ ਅਤੇ ਸਵਾਦ ਵੀ ਹੋ ਗਏ ਆ ਅਤੇ ਜਦੋਂ ਆਪਾਂ ਛੋਟੇ ਹੁੰਦੇ ਸੀ ਆਪਾਂ ਟਹਿਣੇ ਮੱਲੇ ਹੁੰਦੇ ਸੀ ਜਾਮਣੂਆਂ ਦੇ ਤਿੰਨਾਂ ਭੈਣ ਭਰਾਵਾਂ ਨੇ ਅਤੇ ਤਿੰਨਾਂ ਨੇ ਇੱਕ ਇੱਕ ਮੱਲੇ ਹੁੰਦਾ ਸੀ ਇੱਕ ਟਹਿਣਾ ਹੋਰ ਸੀ ਜਿਹੜਾ ਥੋੜ੍ਹਾ ਜਿਹਾ ਖਤਰਨਾਕ ਸੀ ਅਤੇ ਥੋੜ੍ਹਾ ਜਿਹਾ ਸਿੱਧਾ ਜਾਂਦਾ ਸੀ ਅਤੇ ਉਹ ਅਜੇ ਤੱਕ ਕਿਸੇ ਕੋ ਨਹੀਂ ਮੱਲਿਆ ਗਿਆ ਉਸ ਟਾਈਮ 'ਤੇ ਅਤੇ ਬਸ ਇਹੋ ਕੋਸ਼ਿਸ਼ ਸੀ ਵੀ ਜਿਹੜਾ ਟਹਿਣੇ 'ਤੇ ਚੜ੍ਹ ਜੂਗਾ ਬਸ ਉਹਦਾ ਹੀ ਅਤੇ ਫਿਰ ਪਹਿਲ ਇੱਦਾਂ ਵੀ ਮੇਰੀ ਹੋਈ ਅਤੇ ਮੈਂ ਚੜ੍ਹ ਗਿਆ ਟਹਿਣੇ 'ਤੇ ਅਤੇ ਟਹਿਣਾ ਹੋ ਗਿਆ ਮੇਰਾ ਅਤੇ ਮੇਰੇ ਕੋਲ ਫਿਰ 2 ਟਹਿਣੇ ਹੋ ਗਏ ਉਹਨਾਂ ਕੋਲ ਰਹਿ ਗਿਆ ਇੱਕ 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 ਹੋਰ ਹੈਗਾ ਸੀ ਟਹਿਣਾ ਉਹ ਵੀ ਫਿਰ ਅੰਮ੍ਰਿਤ ਨੇ ਮਲ ਲਿਆ ਉਹ ਚੜ੍ਹ ਗਿਆ ਉੱਪਰ ਅਤੇ ਸਾਡੇ ਕੋਲ ਹੋ ਗਏ 2-2 ਅਤੇ ਸਾਡੀ ਜਿਹੜੀ ਭੈਣ ਸੀ ਛੋਟੀ ਉਹਦਾ ਰਹਿ ਗਿਆ 1 ਹੀ ਉਹ ਵੀ ਸਿੱਧਾ ਜਿਹਾ ਹੁੰਦਾ ਸੀ ਅਤੇ ਇੱਦਾਂ ਕਰਕੇ ਅਸੀਂ ਟਹਿਣੇ ਮੱਲੇ ਹੁੰਦੇ ਸੀ ਅਤੇ ਜਾਮਣੂ ਖਾਈਦੇ ਸੀ ਅਤੇ ਸਾਰੀ ਦੁਪਹਿਰੇ ਚੜ੍ਹੇ ਹੀ ਰਹੀਦਾ ਸੀ ਜਾਮਣੂਆਂ 'ਤੇ ਅਤੇ ਹੁਣ ਬਸ ਲੱਗੇ ਰਹਿੰਦੇ ਆ ਚੜ੍ਹ ਜਾਂਦੇ ਆ
ਤੇ ਜਾਂ ਲੋਕੀ ਖਾ ਖੂ ਜਾਂਦੇ ਆ ਤੇ ਆਪ ਜਾਂ ਕਿਤੇ ਮੌਕਾ ਮਿਲਦਾ ਖਾ ਲਈਦੇ ਆ, ਨਹੀਂ ਤੇ ਫਿਰ ਰਹਿ ਜਾਂਦੇ ਉਦਾਂ ਹੀ। ਉਦੋਂ ਗੱਲਾਂ ਹੀ ਹੋਰ ਹੁੰਦੀਆਂ ਸੀ ਕੁਝ। ਜਾਮਨੂੰ ਚੈੱਕ ਕਰੋ ਤੁਸੀਂ, ਆਹ ਮੇਲ ਆ ਜਾਮਨੂੰ ਦਾ, ਕਾਫੀ ਮੋਟਾ ਤਕੜਾ। ਤੇ ਉਦੋਂ ਆਹ ਮੇਲ ਜਿਹੜਾ ਹੁੰਦਾ ਸੀ ਇਹ ਕਾਫੀ ਦੂਰ ਤੱਕ ਇਹੋ ਜਿਹੇ ਲੱਗੇ ਹੁੰਦੇ ਸੀ ਤੇ ਜਿਹੜੇ ਆਪਣੇ ਸਾਡੇ ਕੋਲ ਹਿੱਸੇ ਆਉਂਦੇ ਸੀ ਉਹ ਥੋੜ੍ਹੇ ਜਿਹੇ ਤੋਂ ਛੋਟੇ ਹੁੰਦੇ ਸੀ। ਤੇ ਹੁਣ ਟਰੈਕਟਰ ਲਾ ਕੇ ਥੱਲੇ ਤੇ ਆਪਾਂ ਜਿਹੜੇ ਲਮਕੇ ਆ ਟਹਿਣੇ ਆ ਟਹਿਣੇ ਇਹਨਾਂ 'ਤੇ ਕਾਫੀ ਮੋਟੇ ਹੁੰਦੇ ਆ ਤੇ ਆਪਾਂ ਸਿੱਧਾ ਉੱਥੇ ਹੀ ਪਹੁੰਚੇ ਹਾਂ। ਮੌਸਮ ਹੋ ਗਿਆ ਹੁਣ ਠੰਡਾ ਅਤੇ ਚੱਲਣ ਡੀ ਆ ਮਿੱਠੀ ਮਿੱਠੀ ਠੰਡੀ ਠੰਡੀ ਹਵਾ। ਅਤੇ ਬਾਕੀ ਗੱਲ ਕਰਦੇ ਹਾਂ ਲੋਕਾਂ ਦੀ ਅਤੇ ਲੋਕਾਂ ਦਾ ਕੀ ਹਿਸਾਬ ਕਿਤਾਬ ਹੁੰਦਾ। ਲੋਕਾਂ ਦਾ ਫਾਇਦਾ ਇਹ ਆ ਕਿ ਆਪਾਂ ਨੂੰ ਗਾਈ ਦੇ ਗਲ 'ਚ ਰੱਸਾ ਨਹੀਂ ਪਾਉਣਾ ਪੈਂਦਾ ਅਤੇ ਸਿੱਧਾ ਆਪਾਂ ਲੋਕ ਦੇ ਵਿੱਚ ਦੇ ਦਿੰਦੇ ਹਾਂ ਅਤੇ ਗਾਈ ਫਿਰ ਹਿਲਦੀ ਨਹੀਂ ਕਿਸ ਬੰਨੇ ਨੂੰ ਵੀ। ਅਤੇ ਆਪਾਂ ਜਦੋਂ ਕੋਈ ਟੀਕਾ ਲਾਉਣਾ ਵਾ ਜਾਂ ਧਾਰਾਂ ਕੱਢਣੀਆਂ ਵਾ ਅਤੇ ਉਸ ਚੀਜ਼ ਲਈ ਵਰਤੇ ਜਾਂਦੇ ਆ ਲੋਕ। ਅਤੇ ਕਈ ਬਹੁਤੇ ਫਾਰਮਾਂ ਨੇ ਇੱਥੇ ਖੁੱਲ੍ਹੀ 'ਚ ਰੇਲਿੰਗ ਜਿਹੀ ਕੀਤੀ ਹੁੰਦੀ ਆ ਸਿੱਧੀ ਅਤੇ ਨਾਲ ਗਾਈਆਂ ਦੇ ਗਲ 'ਚ ਪਾਏ ਹੁੰਦੇ ਰੱਸੇ ਅਤੇ ਜਦੋਂ ਧਾਰਾਂ ਧੂਰਾਂ ਕੱਢਣੀਆਂ ਜਾਂ ਟੀਕਾ ਲਾਉਣਾ ਉਹ ਫਿਰ ਰੱਸੇ ਨਾਲ ਬੰਨ੍ਹਦੇ ਆ। ਅਤੇ ਆਪਣਾ ਉਹ ਸਿਸਟਮ ਨਹੀਂ ਆ, ਆਪਾਂ ਰੱਸੇ ਦੇ ਨਾਲ ਬੰਨ੍ਹਣ ਦੀ ਲੋੜ ਨਹੀਂ ਪੈਂਦੀ। ਅਤੇ ਆ ਤੁਸੀਂ ਦੇਖ ਸਕਦੇ ਜੇ ਕਿਸੇ ਵੀ ਗਲ ਗਾਈ ਦੇ ਗਲ 'ਚ ਰੱਸਾ ਨਹੀਂ ਹੈਗਾ, ਇਹ ਸਿੱਧੇ ਬਸ ਲੋਕਾਂ ਦੇ ਵਿੱਚ ਲਾਈ ਦੀਆਂ ਵਾ। ਇਹਦੇ ਵਿੱਚ ਤਕਨੀਕ ਇਹ ਆ ਕਿ ਆਹ ਉੱਪਰ ਇੱਕ ਤੁਸੀਂ ਸੀਖ ਦੇ ਸਕਦੇ ਜੇ, ਇਹਦਾ ਹੀ ਕੰਮ ਆ। ਆਹ ਹੁਣ ਜਿੱਦਾਂ ਅਨਲੋਕ ਉਹ ਕਰਨਾ ਆਪਾਂ ਨੂੰ ਸੀਖ ਆਪਾਂ ਇਕੱਲੇ ਕਰਤੀ ਆ ਅਤੇ ਆਹ ਇੱਦਾਂ ਕਰਕੇ ਸਮਝੋ ਵੀ ਹੁਣ ਆਪਣੀ ਗਾਈ ਮਰਜ਼ੀ ਦੇ ਨਾਲ ਅੰਦਰ ਬਾਹਰ ਜਾ ਸਕਦੀ ਆ। ਅਤੇ ਜਦੋਂ ਲੋਕ ਲੱਗਾ ਹੁੰਦਾ ਵਾ ਤਾਂ ਲੋਕ ਆ ਵੇਖੋ ਜਿੱਦਾਂ ਆਹ ਚੀਜ਼ ਤਾਂ ਵਾ ਉੱਪਰ ਆਹ ਵੇਖੋ ਆਹ ਅੜਿਆ ਵਾ, ਇਹ ਪੂਰਾ ਗਾਂ ਨੂੰ ਨਹੀਂ ਨਿਕਲਦਾ ਅਤੇ ਗਾਈ ਦਾ ਸਿਰ ਇਹਦੇ ਵਿੱਚ ਫਸਿਆ ਰਹਿੰਦਾ ਵਾ। ਅਤੇ ਜਦੋਂ ਆਪਾਂ ਲਾਉਣਾ ਵਾ ਅਤੇ ਇੱਦਾਂ ਲੱਗ ਜਾਂਦਾ, ਅਤੇ ਜਦੋਂ ਆਪਾਂ ਮੰਨ ਲਓ ਵੀ ਨਿਊਟਰਲ ਕਰਨੀ ਆ ਉਦੋਂ ਸਮਝ ਲਓ ਆਹ ਦੇਖੋ ਆਹ ਚੀਜ਼ ਇਹਨੂੰ ਆਪਾਂ ਥੱਲੇ ਕਰਦੇ, ਸਮਝ ਲਓ ਵੀ ਇਹ ਹੋ ਗਏ ਨਿਊਟਰਲ। ਅਤੇ ਉਦਾਂ ਫਿਰ ਆਹ ਸਮਝ ਲਓ ਵੀ ਇਹਨਾਂ ਦਾ ਗੇਅਰ ਪਿਆ ਇੱਕ ਹਿਸਾਬ ਦਾ, ਵੀ ਜਦੋਂ ਇਹਨਾਂ ਦੇ ਵਿੱਚ ਤੁੱਪਾ ਉਹ ਅੜਦਾ ਵਾ ਨਾ ਪੱਤੀ, ਇਹ ਸਮਝ ਲਓ ਵੀ ਪੂਰਾ ਲੋਕ ਆ ਹੋ ਗਏ ਆ। ਅਤੇ ਆਹ ਤੁਸੀਂ ਵੇਖ ਸਕਦੇ ਗਾਈ ਕੋਈ ਵੀ ਨਹੀਂ ਆ, ਇਹ ਇਸ ਟਾਈਮ ਨਿਊਟਰਲ ਆ, ਕੋਈ ਚੱਕਰ ਨਹੀਂ ਆ, ਜਿੱਦਾਂ ਮਰਜ਼ੀ ਗਾਂ ਫਿਆਂ ਹੋ ਜਾਂਦਾ। ਅਤੇ ਜਦੋਂ ਆਪਾਂ ਕਰਤਾ ਗਾਂ ਚੱਕਤਾ, ਹੁਣ ਇਹ ਸਮਝ ਲਓ ਗੇਅਰ ਆ ਗਿਆ ਇਹਦਾ, ਹੁਣ ਇਹਨੇ ਅੜਾਈ ਰੱਖਣਾ ਅਤੇ ਇਹਦੇ ਵਿੱਚ ਧੌਣ ਫਸੀ ਲੈਣੀ। ਅਤੇ ਬਾਕੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਅਤੇ ਲਾਈਕ ਕਰ ਦਿਓ ਵੀਡੀਓ ਨੂੰ ਅਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਅਤੇ ਨਾਲੇ ਸ਼ੇਅਰ ਕਰਿਓ। ਓਕੇ, ਮਿਲਦੇ ਤੁਹਾਨੂੰ ਫਿਰ ਅਗਲੀ ਨਵੀਂ ਵੀਡੀਓ ਦੇ ਵਿੱਚ।